Bak bak bak. Anne. Bak bak. Bak bak. Bari go bari. ਮੈਂ ਦੂਜੀ ਅਫਸਰ ਸੀਗਾ ਅਤੇ ਮੈਨੂੰ ਫੋਨ ਆਇਆ ਵੀ ਗਲੀ ਨੰਬਰ 3 ਦੇ ਵਿੱਚ ਇੱਕ ਲੜਕੇ ਨੇ ਆਤਮ ਹੱਤਿਆ ਕਰ ਲਈ ਆ, ਵੀ ਹੁਣੇ ਮੌਕਾ 'ਤੇ ਦੇਖਿਓ ਜਾ ਕੇ। ਮੈਂ ਇੱਥੇ ਦੇਖਿਆ ਤਾਂ ਲੜਕਾ ਜਿਹੜਾ ਪੱਖੇ ਦੇ ਨਾਲ ਲਟਕਦਾ ਸੀਗਾ ਅਤੇ ਉਹਨੂੰ ਉਤਾਰਿਆ। ਉਹਦਾ ਨਾਂ ਹੈਗਾ ਰੁਪਿੰਦਰ ਸਿੰਘ, ਸਾਡਾ ਨਾਮ ਹਰਭਾਗ ਸਿੰਘ। ਫਗਵਾੜਾ ਦੇ ਮੁਹੱਲਾ ਗੁਰੂ ਨਾਨਕਪੁਰਾ ਗਲੀ ਨੰਬਰ 3 ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੁਪਿੰਦਰ ਸਿੰਘ ਦੇ ਵਜੋਂ ਹੋਈ ਹੈ, ਜਿਸ ਦੀ ਉਮਰ 26 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦਰਅਸਲ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਉਕਤ ਨੌਜਵਾਨ ਦੇ ਮਾਤਾ ਗੁਰਦੁਆਰਾ ਸਾਹਿਬ ਦੇ ਭਰਾ ਅਤੇ ਭਰਜਾਈ ਡਾਕਟਰ ਦੇ ਕੋਲ ਗਏ ਸਨ, ਮਗਰੋਂ ਇਸ ਨੌਜਵਾਨ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲਾ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਇਸ ਨੌਜਵਾਨ ਜਿਸਦਾ ਨਾਮ ਰੁਪਿੰਦਰ ਸਿੰਘ ਦੱਸਿਆ ਜਾ ਰਿਹਾ, ਉਸਦੇ ਵੱਲੋਂ ਪੱਖੇ ਦੇ ਨਾਲ ਫਾਹਾ ਲਾ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਫਗਵਾੜਾ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤੀ ਗਈ ਹੈ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ। ਜਿਹੜਾ ਮਾਮਲਾ ਬੱਚਾ ਸੀਗਾ ਘਰ ਅਤੇ ਮਾਤਾ ਉਹਦੀ ਗੁਰਦੁਆਰਾ ਸਾਹਿਬ ਚਲੀ ਗਈ ਆ, ਬ੍ਰਦਰ ਅਤੇ ਭਰਜਾਈ ਹੋਸਪਿਟਲ ਚੈੱਕ ਕਰਾਉਣ ਗਏ ਆ, ਜਦੋਂ ਮੁੜ ਕੇ ਆਏ ਤਾਂ ਉਹਨੇ ਆਪਣਾ ਸੁਸਾਈਡ ਕੀਤੀ ਹੋਈ ਸੀ, ਫਾਹਾ ਲਿਆ ਹੋਇਆ ਸੀ। ਅਤੇ ਸਰ ਕਿਸ ਚੀਜ਼ ਨਾਲ ਫਾਹਾ ਲਿੱਤਾ ਇਹਨੇ? ਇਹ ਪੱਖੇ ਦੇ ਨਾਲ ਲਟਕਿਆ ਹੋਇਆ ਸੀ। ਅਤੇ ਸਰ ਇਹਦਾ ਨਾਮ ਵਗੈਰਾ ਕੀ ਆ, ਕਿੱਥੇ ਦਾ ਰਹਿਣ ਵਾਲਾ ਹੈ? ਇਹ ਰਹਿਣ ਵਾਲਾ ਤਾਂ ਮੇਰੇ ਮੁਹੱਲੇ ਦਾ ਹੀ ਆ, ਗੁਰੂ ਨਾਨਕਪੁਰੇ ਦਾ, ਅਤੇ ਦੋ ਭਰਾ ਸੀਗੇ ਅਤੇ ਮਾਤਾ ਸੀ, ਮਾਤਾ ਪਿਤਾ ਜੀ ਪਹਿਲਾਂ ਪੂਰੇ ਹੋ ਚੁੱਕੇ ਸੀ ਇਹਦੇ, ਤਾਂ ਪਤਾ ਨਹੀਂ ਲੱਗਾ ਮਿੰਟ ਪੰਜਾਂ ਜਦੋਂ ਪਤਾ ਲੱਗਾ ਆ ਕੇ ਦੱਸਿਆ ਇਹਨਾਂ ਨੇ, ਫਿਰ ਅਸੀਂ ਸਾਰੇ ਆਂਢ ਗੁਆਂਢ ਇਕੱਠੇ ਹੋ ਗਏ ਆ, ਪੁਲਿਸ ਨੂੰ ਕਾਲ ਕੀਤਾ, ਪੁਲਿਸ ਨੇ ਆ ਕੇ ਲਾ ਲਿਆ। ਪੁਲਿਸ ਆ ਗਈ ਸੀ ਮੌਕੇ 'ਤੇ? ਪੁਲਿਸ ਆ ਗਈ, ਪੁਲਿਸ ਆ ਗਈ ਆ। ਕੰਮ ਵਗੈਰਾ ਕੀ ਕਰਦਾ ਸੀ? ਕੰਮ ਥੋੜ੍ਹਾ ਜਿਹਾ ਡਿਪਰੈਸ਼ਨ ਜਿਹਾ ਸੀਗਾ, ਦਵਾਈ ਚੱਲਦੀ ਸੀ, ਕੰਮ ਕਰਦਾ ਸੀਗਾ, ਕਦੇ ਕਰ ਲੈਂਦਾ ਸੀ ਕਦੇ। ਮੇਰਾ ਜਸਵੀਰ ਸਿੰਘ ਜੀ। ਹਾਂਜੀ ਸਰ, ਕੀ ਮਾਮਲਾ ਕੀ ਹੈ ਜਿਹੜਾ? ਮਾਮਲਾ ਇਹ ਹੋਇਆ ਜੀ, ਅਸੀਂ ਗਲੀ ਦੇ ਵਿੱਚ ਖਬਰੀ ਪਈ ਆ, ਅਸੀਂ ਭੱਜੇ ਆਏ ਇਹਨਾਂ ਦੇ ਘਰ ਅਤੇ ਦੇਖਿਆ ਕਿ ਮੁੰਡੇ ਨੇ ਫਾਹਾ ਲਿਆ ਹੋਇਆ ਸੀਗਾ ਅੰਦਰ ਕਮਰੇ 'ਚ ਪੱਖੇ ਨਾਲ। ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ? ਆਪਾਂ ਜਦੋਂ ਜਿਹੜੀ ਮਾਤਾ ਗੁਰਦੁਆਰੇ ਤੋਂ ਵਾਪਸ ਆਈ ਆ, ਉਹਨਾਂ ਨੇ ਬੂਹਾ ਖੋਲ੍ਹਿਆ, ਖੁੱਲ੍ਹਿਆ ਨੇ ਨਾਲ ਦੇ ਗੁਆਂਢੀਆਂ ਖੋਲ੍ਹ ਕੇ, ਫਿਰ ਦੇਖਿਆ ਉਹਨਾਂ ਨੇ ਵੀ ਅੰਦਰ ਵੀ ਆਹ ਫਾਹਾ ਲਿਆ ਹੈਗਾ, ਅਤੇ ਉਹਨੇ ਜਦੋਂ ਰੋਏ ਹੈਗੇ ਆ ਅਤੇ ਅਸੀਂ ਭੱਜ ਕੇ ਆਏ ਸਾਰੇ ਇਕੱਠੇ ਹੋਏ ਅਤੇ ਦੇਖਿਆ ਉਹਨੇ ਫਾਹਾ ਲਿਆ। ਜਿਹੜੇ ਵਿਅਕਤੀ ਨੇ ਫਾਹਾ ਲਿੱਤਾ ਉਹਦਾ ਨਾਮ ਵਗੈਰਾ ਕੀ ਆ ਅਤੇ ਕਿੱਥੇ ਦਾ ਰਹਿਣ ਵਾਲਾ? ਉਹ ਰੁਪਿੰਦਰ ਸਿੰਘ ਹੈਗਾ ਜੀ, ਉਹਦਾ ਨਾਂ ਕੱਚਾ ਟਿੰਕੂ ਹੈਗਾ, 26 ਸਾਲ ਦੀ ਉਮਰ ਆ ਉਹਦੀ, ਮੱਲਾ ਗੁਰੂ ਨਾਨਕਪੁਰਾ ਫਗਵਾੜਾ। ਅਤੇ ਸਰ ਕੋਈ ਕਾਰਨ ਨਹੀਂ ਸਾਹਮਣੇ ਆਇਆ ਫਾਹਾ ਲੈਣ ਦਾ? ਕੋਈ ਹੱਲੇ ਨਹੀਂ ਆਇਆ ਸਾਹਮਣੇ, ਵੀ ਇਹਦੇ ਘਰਦਿਆਂ ਨੂੰ ਜ਼ਿਆਦਾ ਪਤਾ, ਆਪਾਂ ਨੂੰ ਤਾਂ ਨਹੀਂ ਇੰਨਾ ਪਤਾ ਹੈਗਾ। ਇਹ ਕਿੰਨੇ ਭੈਣ ਭਰਾ ਵਾ ਕੁਛ ਪਤਾ? ਦੋ ਭਰਾ ਆ ਜੀ, ਇੱਕ ਭੈਣ ਆ। ਇੱਕ ਭੈਣ? ਹਾਂਜੀ। ਅਤੇ ਕਿੰਨੇ ਕੁ ਵਜੇ ਪਤਾ ਲੱਗਾ ਜੀ? ਇਹ ਤਕਰੀਬਨ 8:30 ਵਜੇ ਪਤਾ ਲੱਗਾ ਜੀ। ਅਤੇ ਪੁਲਿਸ ਸੂਚਿਤ ਕੀਤਾ ਇਸ ਮਾਮਲੇ ਨੂੰ? ਪੁਲਿਸ ਆਏ ਸੀ, ਆਪਣੇ ਭੈਣ ਲੈ ਗਏ ਜੀ, ਸਾਰਾ ਕੁਛ ਕਾਰਵਾਈ ਕਰਕੇ ਜੀ। SHO ਸਾਹਿਬ ਵੀ ਆਏ ਸੀਗੇ। ਲੱਗੀ ਹੈ ਜਿਹੜਾ ਮਾਮਲਾ, ਅੱਜ ਮੈਂ ਦੂਜੀ ਅਫਸਰ ਸੀਗਾ ਅਤੇ ਮੈਨੂੰ ਫੋਨ ਆਇਆ ਵੀ ਗਲੀ ਨੰਬਰ 3 ਦੇ ਵਿੱਚ ਇੱਕ ਲੜਕੇ ਨੇ ਆਤਮ ਹੱਤਿਆ ਕਰ ਲਈ ਆ, ਵੀ ਹੁਣੇ ਮੌਕਾ 'ਤੇ ਦੇਖਿਓ ਜਾ ਕੇ। ਮੈਂ ਇੱਥੇ ਦੇਖਿਆ ਤਾਂ ਲੜਕਾ ਜਿਹੜਾ ਪੱਖੇ ਦੇ ਨਾਲ ਲਟਕਦਾ ਸੀਗਾ ਅਤੇ ਉਹਨੂੰ ਉਤਾਰਿਆ। ਉਹਦਾ ਨਾਂ ਹੈਗਾ ਰੁਪਿੰਦਰ ਸਿੰਘ, ਸਾਡਾ ਨਾਮ ਹਰਭਾਗ ਸਿੰਘ। ਸਰ ਕਿੱਥੇ ਦੇ ਰਹਿਣ ਵਾਲੇ ਆ?
ਹਾਂਜੀ ਕਿੱਥੇ ਦੇ ਰਹਿਣ ਵਾਲੇ ਆ? ਇਹ ਜਿਹੜਾ ਮੁੰਡਾ ਲੜਕਾ ਮੇਰੇ ਤੇ ਭਾਈ ਤੇ ਗੁਰੂ ਨਾਨਕ ਨਗਰ ਗਲੀ ਨੰਬਰ 3 ਦਾ ਆ। ਹਾਂਜੀ ਤੇ ਬਾਅਦ ਚ ਜੋ ਵੀ ਬਿਆਨ ਹੋਣਗੇ ਇਹਨਾਂ ਦੇ। ਤੇ ਸ਼ਾਦੀ ਕਿਹਦਾ ਮੁੰਡਾ ਉਹ? ਹਾਂਜੀ ਨਹੀਂ ਮੁੰਡਾ ਕੁਆਰਾ ਹੀ ਆ ਜੇ। ਕਿੰਨੀ ਕਿੰਨੀ ਕੁ ਉਮਰ ਆ ਇਹਦੀ? ਇਹਦੇ ਮੁੰਡੇ ਦੀ ਉਮਰ 26 ਸਾਲ ਦੀ ਗੇਟ ਚ ਆ। ਤੇ ਕੋਈ ਕਾਰਨ ਸਾਹਮਣੇ ਨਹੀਂ ਆਇਆ? ਕਾਰਨ ਹੁਣ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਜੋ ਕਹਿਣਗੇ ਉਸ ਹਿਸਾਬ ਨਾਲ ਹਜੇ ਕੋਈ ਦਿੱਤਾ ਨਹੀਂ ਇਹਨਾਂ ਨੇ ਬਿਆਨ। ਪਾਹ ਕੀ ਚੀਜ਼ ਨਾਲ ਪਈ ਇਹਨੇ? ਇਹਨਾਂ ਪਰਨੇ ਦੇ ਨਾਲ ਆਪਣੇ ਦੇ ਨਾਲ ਪਾ ਲਿਆ।